ਫਿਰੋਜ਼ਪੁਰ ਦੇ ਪਿੰਡ ਹਜਾਰਾ ਸਿੰਘ ਵਾਲਾ ਚ ਇੱਕ ਪਰਿਵਾਰ ਸਭ ਕੁਝ ਹੋਣ ਦੇ ਬਾਵਜੂਦ ਵੀ ਕੱਚੇ ਕੋਠਿਆਂ ਵਿੱਚ ਰਹਿ ਕੇ ਆਪਣਾ ਵਿਰਸਾ ਸਾਂਭੀ ਬੈਠੇ ਹਨ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇੱਥੇ ਪਿਛਲੇ 50 ਸਾਲਾਂ ਤੋਂ ਰਹਿ ਰਹੇ ਹਨ ਅਤੇ ਇਹ ਉਹਨਾਂ ਦੀ ਚੌਥੀ ਪੀੜ੍ਹੀ ਹੈ ਅਤੇ ਅੱਜ ਵੀ ਉਹ ਕੱਚੇ ਕੋਠਿਆਂ ਵਿੱਚ ਰਹਿ ਰਹੇ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਕੱਚੇ ਮਕਾਨਾਂ ਨੂੰ ਮਿੱਟੀ ਨਾਲ ਲਿਪ ਕੇ ਸੋਹਣੀਆਂ ਸੋਹਣੀਆਂ ਫੁੱਲ ਬੂਟੀਆਂ ਪਾਈਆਂ ਗਈਆਂ ਨੇ। ਛੱਤ 'ਤੇ ਜਾਣ ਲਈ ਕੋਈ ਲੋਹੇ ਜਾਂ ਸੀਮੈਂਟ ਦੀ ਪੌੜੀ ਨਹੀਂ ਬਲਕਿ ਮਿੱਟੀ ਦੀ ਪੌੜੀ ਚੜ੍ਹਾਈ ਗਈ ਹੈ। ਇੱਥੇ ਹੀ ਬਸ ਨਹੀਂ ਬਲਕਿ ਘਰ ਨੂੰ ਚਾਰ ਚੰਨ ਲਾਉਣ ਦੇ ਲਈ ਪੁਰਾਣੀ ਲਾਲਟੈਨ ਘੜੇ ਘਰ 'ਤੇ ਕਾਨਿਆਂ ਦੀ ਛੱਤ ਪਾਈ ਹੋਈ ਹੈ ਅਤੇ ਜਦੋਂ ਪਰਿਵਾਰ ਨੂੰ ਪੱਕੇ ਮਕਾਨਾਂ ਵਿੱਚ ਰਹਿਣ ਲਈ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਦੇ ਵਡੇਰੇ ਇਸੇ ਹੀ ਤਰ੍ਹਾਂ ਕੱਚੇ ਕੋਠਿਆਂ ਵਿੱਚ ਰਹਿੰਦੇ ਸਨ। ਇਹ ਉਹਨਾਂ ਦਾ ਵਿਰਸਾ ਹੈ, ਉਹ ਆਪਣੇ ਇਸ ਵਿਰਸੇ ਨੂੰ ਗਵਾਉਣਾ ਨਹੀਂ ਚਾਹੁੰਦੇ। ਦੱਸ ਦਈਏ ਕਿ ਇਹਨਾਂ ਕੱਚੇ ਮਕਾਨਾਂ ਵਿੱਚ ਫਿਲਮ ਬੰਬੂ ਕਾਰਡ ਤੋਂ ਇਲਾਵਾ ਹੋਰ ਵੀ ਕਈ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਦੂਰੋਂ ਦੂਰੋਂ ਲੋਕ ਇਹਨਾਂ ਮਕਾਨਾਂ ਨੂੰ ਦੇਖਣ ਲਈ ਆਉਂਦੇ ਹਨ। ਕਿੱਥੇ ਰਹਿਣ ਵਾਲੇ ਹੋ? ਅਸੀਂ ਇੱਥੇ ਇਜਾਰੇ। ਹਾਂ, ਕੀ ਨਾਮ ਤੁਹਾਡਾ? ਪ੍ਰਵੀਨ ਕੌਰ। ਔਰ ਕੱਚੇ ਮਕਾਨਾਂ ਤੁਸੀਂ ਕਿਸ ਤਰ੍ਹਾਂ ਰਹਿ ਰਹੇ ਹੋ? ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਹੜੇ ਕੱਚੇ ਮਕਾਨਾਂ 'ਚ ਤੁਸੀਂ? ਸਾਨੂੰ ਕੱਚੇ ਮਕਾਨ ਵਧੀਆ ਲੱਗਦੇ ਨੇ। ਕਿਸ ਤਰ੍ਹਾਂ ਵਧੀਆ ਰੱਖਦੇ? ਇਹ ਜਿਹੜੀ ਵਿਰਾਸਤ ਤੁਸੀਂ ਰੱਖੀ ਸੰਭਾਲ ਕੇ ਬੜੇ ਵਧੀਆ। ਹਾਂ, ਵਧੀਆ ਸੰਭਾਲ ਕੇ ਰੱਖੇ ਅਤੇ ਵਧੀਆ ਸਾਨੂੰ ਸਫਾਈ ਵਧੀਆ ਅਸੀਂ ਰੱਖੀ ਹੋਈ ਹੈ, ਸਾਨੂੰ ਵਧੀਆ ਥਾਂ ਲੱਗਦੀ। ਇਹਦੀ ਕੀ ਮਤਲਬ? ਇਹਦੀ ਸਾਫ਼ ਸਫਾਈ ਰੱਖਦੇ ਰਹਿੰਦੇ? ਇਹਦੀ ਕੀ ਮਤਲਬ? ਹਮੇਸ਼ਾ ਲਈ ਇਹਦੀ ਸੰਭਾਲ ਕਰਦੇ ਰਹਿੰਦੇ ਤੁਸੀਂ? ਹਾਂ, ਸੰਭਾਲ ਕਰਦੇ ਰਹੀਦਾ। ਬਾਰਿਸ਼ ਬੁਰਸ਼ ਆਵੇ ਫਿਰ ਸਾਨੂੰ ਸੰਭਾਲ ਕਰਨੀ ਪੈਂਦੀ। ਹਾਂ, ਅਤੇ ਇਵੇਂ ਅਸੀਂ ਕੱਚੇ ਕਿੰਨੀ ਪੀੜ੍ਹੀ ਇੱਥੇ ਰਹਿ ਰਹੀ ਤੁਹਾਡੀ? ਹੁਣ ਇੱਥੇ ਚੌਥੀ ਚੌਥੀ ਪੀੜ੍ਹੀ ਰਹਿ ਰਹੀ ਇਸ ਮਕਾਨ 'ਚ। ਤੁਸੀਂ ਕੱਚੇ ਮਕਾਨਾਂ 'ਚ ਰਹਿਣਾ ਚਾਹੁੰਦੇ ਜਾਂ ਕਿਸ ਤਰ੍ਹਾਂ? ਅਸੀਂ ਕੱਚਿਆਂ 'ਚ, ਸਾਨੂੰ ਵੀ ਇਵੇਂ ਦੀਆਂ ਆਵਾਜ਼ਾਂ ਆਉਂਦੀਆਂ, ਕਿਸ ਤਰ੍ਹਾਂ ਦੇ ਵਧੀਆ ਲੱਗਦਾ ਤੁਹਾਨੂੰ? ਸਾਨੂੰ ਵਧੀਆ ਲੱਗਦਾ ਵੀ ਵਧੀਆ ਠੰਡੀ ਹਵਾ ਆਉਂਦੀ ਹੈ, ਵਧੀਆ ਨੀਂਦ ਆਉਂਦੀ ਹੈ, ਸਵੇਰੇ ਤੜਕੇ ਵਧੀਆ ਜਾਨਵਰਾਂ ਦੀ ਪੰਛੀਆਂ ਦੀ ਵਧੀਆ ਆਉਂਦੀ ਆਵਾਜ਼, ਚੰਗੀ ਲੱਗਦੀ ਹੈ। ਹਾਂਜੀ, ਹੋਰ ਸਾਡੇ ਇਵੇਂ ਕੱਚੇ ਅਸੀਂ ਦੂਜਾ ਚੁੱਲ੍ਹੇ ਹੈਗੇ ਨੇ, ਉਹਨਾਂ 'ਤੇ ਰੋਟੀਆਂ ਬਣਾਈ ਦਾ। ਇਕੱਠਾ ਪਰਿਵਾਰ ਰਹਿੰਦਾ? ਸਭ ਹਾਂ, ਇਕੱਠਾ ਸਾਰਾ ਪਰਿਵਾਰ ਹੈਗੇ। ਹਾਂ, ਤੰਦੂਰ ਹੈਗਾ ਕੱਚਾ, ਤੰਦੂਰ ਦੀ ਰੋਟੀ ਪਕਾਈ ਦਾ, ਉਹ ਖਾਈ ਦਾ, ਸਾਰੇ ਸਾਰਾ ਪਰਿਵਾਰ ਇਕੱਠੇ ਹੈਗੇ। ਮੇਰਾ ਨਾਮ ਮਹਿੰਦਰ ਕੌਰ ਹੈ, ਅਸੀਂ ਹਸੈਨੀ ਵਾਲਾ ਬਾਰਡਰ, ਭਗਤ ਸਿੰਘ ਦੀ ਸਮਾਧ, ਪਿੰਡ ਰਾਜੋ ਕੀ ਗੱਟੀ ਅਤੇ ਪਿੰਡ ਹਜ਼ਾਰੇ ਵਾਲੇ ਚੁੱਗੇ। ਠੀਕ ਹੈ, ਅਸੀਂ ਇੱਥੇ ਰਹਿ ਰਹੇ, ਸਾਡੇ ਇਸ ਟਾਈਮ 'ਤੇ ਕੱਚੇ ਮਕਾਨ ਹੈ ਜਿਹਦੇ ਵਿੱਚ ਸਾਡੀ ਚੌਥੀ ਪੀੜ੍ਹੀ ਇੱਥੇ ਰਹਿ ਰਹੀ ਹੈ। ਘੱਟ ਤੋਂ ਘੱਟ 40-50 ਸਾਲ 60 ਹੋ ਗਿਆ ਅਸੀਂ ਇੱਥੇ ਹੀ ਰਹਿੰਦੇ। ਰਿਆਸਤ ਕਿਵੇਂ ਤੁਸੀਂ ਸੰਭਾਲ ਕੇ ਰੱਖੀ? ਅਸੀਂ ਜੀ ਰਿਆਸਤ ਰੱਖੀ ਵੀ ਸਾਨੂੰ ਬਹੁਤ ਅੱਛਾ ਲੱਗਦਾ ਹੈ, ਬਹੁਤ ਕੱਚੇ ਮਕਾਨ ਚੰਗੇ ਲੱਗਦੇ ਨੇ। ਸਾਡੇ ਵੱਡ ਵਡੇਰੇ ਵੀ ਕੱਚੇ ਮਕਾਨਾਂ ਨੂੰ ਪੂਰਾ ਮੰਨਦੇ ਸੀ, ਉਹ ਵੀ ਨਹੀਂ ਪੱਕੇ 'ਚ ਰਹਿ ਕੇ ਖੁਸ਼ ਸੀ। ਫਿਰ ਉਦੋਂ ਪਹਿਲੀ ਗੱਲ ਵੀ ਸਾਥੋਂ ਉਦੋਂ ਹਿੰਮਤ ਨਹੀਂ ਸੀ, ਅਯੋਗ ਨਹੀਂ ਸੀ ਵੇਲੇ ਅਸੀਂ ਪੱਕੇ ਮਕਾਨ ਬਣਾ ਕੇ ਬੈਠਦੇ। ਸਾਨੂੰ ਇਸ ਟਾਈਮ 'ਤੇ ਬਹੁਤ ਕੱਚੇ ਮਕਾਨ ਬਹੁਤ ਪਿਆਰੇ ਮਿੱਠੇ ਸਾਨੂੰ ਬਹੁਤ ਚੰਗੇ ਲੱਗਦੇ ਨੇ। ਸਾਡੀ ਚੌਥੀ ਪੀੜ੍ਹੀ ਇੱਥੇ ਹੋ ਰਹੀ ਹੈ। ਸਾਡੇ ਬਾਰਡਰ ਕਿੰਨੀ ਕੁ ਦੂਰ ਹੈ? ਸਾਡਾ ਬਾਰਡਰ ਜੀ 1.5 ਕਿਲੋਮੀਟਰ ਹੈ ਸਰਹੰਦ, ਪਾਕਿਸਤਾਨ 1.5 ਕਿਲੋਮੀਟਰ ਇੱਥੋਂ। ਅਸੀਂ ਉਸਦੇ ਨਜ਼ਦੀਕ ਬੁੱਢਾ ਦਰਿਆ ਜਿਹਦੇ ਉੱਤੇ ਅਸੀਂ ਕੰਢਣ 'ਤੇ ਬੈਠੇ। ਹੋਰ ਇਹਦੂ ਅੱਗੇ ਜੀ ਸਾਡਾ ਬਹੁਤ ਪਿਆਰਾ ਅੱਛਾ ਪਿੰਡ ਵੀ ਹੈ। ਕੱਚੀ ਮਿੱਟੀ ਨਾਲ ਤੁਹਾਨੂੰ ਕਿਵੇਂ ਲੱਗਦਾ? ਹਾਂਜੀ, ਸਾਨੂੰ ਕੱਚੀ ਮਿੱਟੀ ਬਹੁਤ ਪਿਆਰੀ ਲੱਗਦੀ ਹੈ, ਚੰਗੀ ਲੱਗਦੀ, ਧਰਤੀ ਲੱਗਦੀ। ਸਾਨੂੰ ਕੱਚਿਆਂ ਪੱਕੇ ਮਕਾਨਾਂ 'ਚ ਰਹਿਣ ਬਹੁਤ ਔਖਾ ਹੈ। ਸਾਡੇ ਵੱਡੇ ਵਡੇਰੇ ਵੀ ਇੱਥੇ ਕੱਚਿਆਂ ਮਕਾਨਾਂ 'ਚ, ਹੁਣ ਸਾਡੇ ਬੱਚੇ ਵੀ ਸਾਡੇ ਨਾਲ ਖੁਸ਼ ਨੇ ਕੱਚਿਆਂ ਮਕਾਨਾਂ 'ਚ ਰਹਿ ਕੇ। ਅਸੀਂ ਇਹਨਾਂ ਨੂੰ ਲਪਾਈ ਕਰਦੇ ਹਾਂ, ਲਿੰਬਦੇ ਪੋਚਦੇ ਹਾਂ, 8 ਦਿਨ ਗੋਇਆ ਮਿੱਟੀ, ਸਵੇਰੇ ਉੱਠਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ। ਸਾਨੂੰ ਜਾਨਵਰਾਂ ਦੀ ਬਹੁਤ ਮਿੱਠੀ ਬੋਲੀ ਪਿਆਰੀ ਲੱਗਦੀ ਹੈ, ਹਵਾ ਵੀ ਠੰਡੀ ਸਾਰਾ ਦਿਨ ਵਗਦੀ। ਕਦੇ ਘੜੀ ਟਾਈਮ 'ਤੇ ਲਾਈਟ ਵੀ ਨਾ ਹੋਵੇ ਸਾਨੂੰ ਤਾਂ ਵੀ ਕੋਈ ਦਿੱਕਤ ਨਹੀਂ। ਹਾਂਜੀ ਹਾਂਜੀ, ਸਾਨੂੰ ਬਹੁਤ ਅੱਛੀ ਲੱਗਦੀ ਹੈ, ਹਵਾ ਠੰਡੀ ਮਿੱਠੀ ਆਉਂਦੀ ਹੈ। ਪਰ ਹੁਣ ਲਾਈਟ ਦੇ ਜਿਹੜਾ ਅੱਜ ਕੱਲ੍ਹ ਦੇ ਬੱਚੇ ਨੇ ਉਹ ਲਾਈਟ ਤੋਂ ਬਿਨਾਂ ਨਹੀਂ ਰਹਿ ਸਕਦੇ, ਅਤੇ ਸਾਡੇ ਜਿਹੜੇ ਬੱਚੇ ਅਸੀਂ ਪਹਿਲਾਂ ਲੱਸੀ ਉਹ ਲਾਈਟ ਤੋਂ ਬਿਨਾਂ ਵੀ ਗੁਜ਼ਾਰੇ ਕੀਤੇ ਨੇ, ਦੀਵੇ ਬਾਲ ਕੇ ਵੀ ਕੀਤੇ ਨੇ। ਹੁਣ ਇੱਥੇ ਲਾਈਟਾਂ ਦੀ ਵੀ ਬਹੁਤ, ਸਾਨੂੰ ਬਿਜਲੀ ਦੀ ਬਹੁਤ ਜੀ। ਅਸੀਂ ਆਪ ਹੀ ਪੂਰੀ ਸੰਭਾਲ ਰੱਖੀ ਹੈ ਕੱਚੇ ਮਕਾਨਾਂ ਦੀ, ਪੂਰੀ ਬਹੁਤ ਵਧੀਆ। ਸਾਨੂੰ ਪੱਕਾ ਉਹਦੀ ਕੱਚੀ ਵੇਲੀ ਬਹੁਤ ਪਿਆਰੀ ਹੈ। ਸਾਨੂੰ ਕੋਈ ਇੱਥੇ 2-4 ਲੱਖ 10 ਲੱਖ 20 ਲੱਖ ਕਰੋੜ ਤੱਕ ਵੀ ਦੇਵੇ, ਅਸੀਂ ਕੱਚੀ ਵੇਲੀ ਨਹੀਂ ਛੱਡਾਂਗੇ, ਅਸੀਂ ਪੱਕੇ ਨੂੰ ਕਦੀ ਇਸਤੇਮਾਲ ਨਹੀਂ ਕਰਾਂਗੇ। ਹਾਂਜੀ, ਪਿਕਚਰ ਦੀ ਸ਼ੂਟਿੰਗ ਹੋਈ ਸੀ, ਸਾਡੇ ਪਿੰਡ ਵਿੱਚ ਆਇਆ ਸੀ ਐਮੀ ਵਿਰਕ, ਉਹਨੂੰ ਸਾਡੀ ਖੁੱਲ੍ਹੀ ਥਾਂ ਵੇਖ ਕੇ, 3 ਕੱਚੇ ਮਕਾਨ ਵੇਖ ਕੇ, ਫਿਰ ਉਹਨਾਂ ਵੀ
ਇੱਥੇ ਸ਼ੂਟ ਤਿਆਰ ਕੀਤਾ ਸੀ ਬੰਬੂ ਕਾਟ ਫਿਲਮ ਐਮੀ ਵਿਰਕ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।